ਲੈ ਮਤਲਬ ਪਹਿਲੀ ਵਾਰੀ ਮੈਂ ਪੱਟਿਆ, ਤੂੰ ਹੀ ਪੱਟਿਆ ਬਾਈ ਪਹਿਲੀ ਵਾਰੀ ਦੇਖ। ਠੀਕ ਹੈ, ਲੈ ਵੀ ਆਹ ਚੈੱਕ ਕਰੋ ਬਾਈ, ਬਿਲਕੁਲ ਸਾਫ਼ ਸੁਥਰਾ। ਲੈ ਵੀ ਮਿੱਤਰੋ, ਕਈ ਜਿਹੜੇ ਮਿੱਤਰ ਹੁੰਦੇ ਨਾ, ਇਹ ਕਾਰਾਂ ਤੋਂ ਪਰਹੇਜ਼ ਕਰਦੇ ਨੇ ਵੀ ਕੋਈ ਖਰਚਾ ਪੱਠਾ ਕੁਛ ਕਿੰਨਾ ਨਾ, ਤੇਲ ਦਾ ਖਰਚਾ ਕਿੰਨਾ ਕੁ ਬਾਈ? ਕੁਛ ਵੀ ਨਹੀਂ, 23-24 ਦੀ ਐਵਰੇਜ ਦੇ ਰਹੀ ਆ ਬਾਈ। ਅੱਛਾ, ਦਿੱਲੀ ਕਿੰਨੇ ਦਾ ਤੇਲ ਪਾਇਆ ਸੀ? 1500 ਦਾ ਪਾਇਆ ਹੋਇਆ, ਹਜੇ ਵੀ ਪਿਆ ਬਾਈ, ਹਜੇ ਵੀ ਚੱਲਦਾ ਕਰ ਰਹੀ। ਹਾਂ ਠੀਕ ਹੈ, 15 ਮਾਡਲ ਫਸਟ ਓਨਰ ਇੰਸ਼ੋਰੈਂਸ ਪਿਆ ਜੀ। ਤੇ ਹੁਣ ਇਹਦੇ ਰੇਟ ਦੀ ਗੱਲ ਕਰੀ, ਕਿੰਨੇ ਦੀ ਕਾਰ ਦੋਗੇ? ਲੈ ਵੀ ਮਿੱਤਰੋ, ਦੋ ਕਾਰਾਂ ਦਿਖਾਵਾਂ ਤੁਹਾਨੂੰ, ਇੱਕ ਕਾਲੀ ਘੋੜੀ, ਇੱਕ ਕਾਲੀ ਸ਼ੇਰਨੀ ਬਾਈ। ਇੱਕ ਤਾਂ ਇੱਧਰ ਖੜੀ ਆ ਬਾਈ, ਇਹ ਨੋਟ ਫੋਰ ਸੇਲ ਹੈ, ਤੇ ਆਲੀ ਸੇਲ ਦੇ ਉੱਤੇ ਆ ਬਾਈ, ਹੈ ਨਾ ਬਾਈ? ਹਾਂ ਭਈਆ। ਤੇ ਹੋਰ ਬਾਈ ਕੀ ਹਾਲ ਹੈ? ਬਹੁਤ ਵਧੀਆ ਬਾਈ, ਠੀਕ ਹੋ? ਤਾਂ ਕਹਿੰਦੇ ਵੀਰੇ ਜਮਾ ਠੀਕ ਠਾਕ ਬਾਈ। ਤੇ ਬਾਈ ਉਹ ਬਸ ਤੁਸੀਂ ਦੇਖ ਲਿਓ ਇਕੱਲੀ, ਹੈ ਨਾ? ਅਤੇ ਆਲੀ ਕਾਰ ਫੋਰ ਸੇਲ ਆ ਬਾਈ ਆਪਣੇ ਲੈ ਕੇ, ਅੱਜ ਸਕੱਲ ਆ ਬਾਈ, ਸੰਦੀਪ ਲੈ ਕੇ ਆਇਆ ਗਾ, ਲਹਿਰੇ ਕਾਗੇ ਖੜਿਆ ਬਾਈ। ਕਾਰ ਮੈਂ ਕਿਹਾ ਨਵੀਂ ਕਿਹਾ ਬੜੀ ਕਿਹਾ ਬਾਈ, ਇੰਜਣ ਗੇਅਰ ਮੈਂ ਖੁਦ ਚਲਾ ਕੇ ਦੇਖ ਲਈ ਕਾਰ, ਮੈਂ ਤੁਹਾਨੂੰ ਪਹਿਲੀ ਬਾਈ ਤੱਤ ਕੱਢਤਾ ਵੀ ਬਸ ਤੁਸੀਂ ਬੁੱਕ ਕਰ ਸਕਦੇ ਹੋ ਬਾਈ। ਬੜੀ ਘੈਂਟ ਕਾਰ ਆ, ਨਜ਼ਾਰੇਦਾਰ ਕਾਰ ਆ, ਅਗਰ ਤੁਸੀਂ ਇਹਨੂੰ ਟਰਾਈ ਵੀ ਲਓਗੇ ਬਾਈ, ਹੈ ਨਾ? ਅਤੇ ਬਾਈ ਖੁਦ ਚਲਾ ਕੇ ਲੈ ਕੇ ਆਇਆ ਦਿੱਲੀਓਂ, ਹੈ ਨਾ ਬਾਈ? ਹਾਂਜੀ ਬਾਈ ਜੀ। ਹਾਂ, ਦਿੱਲੀਓਂ ਲਈ ਆ, ਯੂਪੀ ਨੰਬਰ ਹੈ, ਗਾਜ਼ੀਆਬਾਦ ਦਿੱਲੀ ਦੇ ਨਾਲ ਹੀ ਹੈ, ਮਤਲਬ ਇੱਧਰ ਪੈਰ ਦਾ ਦਿੱਲੀ, ਇੱਧਰ ਆਏ ਯੂਪੀ, ਆਹ ਕੁਛ ਹੈ ਬਾਈ, ਹੈ ਨਾ? ਜਮਨਾ ਉਰਲਾ ਇੱਧਰ, ਯੂਪੀ ਇੱਧਰ, ਸਹੀ ਗੱਲ ਹੈ ਬਾਈ, ਹੈ ਨਾ? ਅਤੇ ਬਾਈ ਕੋਈ ਫਰਕ ਨਹੀਂ ਹੈਗਾ, ਅਤੇ ਆਲੀ ਕਾਰ ਤੁਸੀਂ ਬਾਏ ਕਰ ਸਕਦੇ ਹੋ। ਸਕਾਲਾ ਕਾਰ ਅੱਜ ਆਪਣੇ ਲਵੇ ਬਾਈ, ਮਾਡਲ ਕਿੰਨਾ ਕਾਰ? ਇਹ ਬਾਈ 2015 15 ਮਾਡਲ ਹੈ, ਡੀਜ਼ਲ ਦੀ ਹੈ ਜੀ। ਠੀਕ ਹੈ ਵੀਰੇ। ਅੱਛਾ, ਕਾਰ ਪੇਂਟ ਛੇਂਟ ਬਾਈ ਹੈਗੀ ਮਾੜੀ ਮੋਟੀ? ਮਾੜੀ ਮੋਟੀ, ਜਿੱਦਾਂ ਬੈਂਪਰ 'ਤੇ ਹੜਕ ਫੁਲਕੇ ਜੇ ਕਰਾਇਆ ਗਾ, ਮਤਲਬ ਇਹ ਕਹਿ ਸਕਦੇ ਦੋ ਤਿੰਨ ਪੀਸ ਮੰਨ ਲਈਏ। ਹਾਂ, ਗੱਲ ਖਤਮ ਹੈ। ਕਾਲੀ ਕਾਰ ਹੈ, ਹਵਾ ਵੀ ਲੱਗੀ, ਸਕਰੈਚ ਪੈਂਦੇ ਨੇ ਬਾਈ ਇਹਦੇ 'ਤੇ, ਪੈਂਦੇ ਨੇ ਬਾਈ। ਤੁਸੀਂ ਆਪਣੀ ਗੱਡੀ 'ਚ ਸਕਰੈਚ ਜ਼ਰੂਰ ਮਿਲ ਜਾਣਗੇ, ਕੋਈ ਚੀਜ਼ ਚੇਂਜ ਨਹੀਂ ਹੈਗੀ, ਕੋਈ ਐਕਸੀਡੈਂਟ ਨਹੀਂ ਹੈਗਾ, ਕੋਈ ਪੀਸ ਬਦਲਿਆ ਚੱਲ ਜਾਣੀ। ਲੈ ਵੀ ਮਿੱਤਰੋ, ਇੱਧਰੋਂ ਖੜ ਕੇ ਚੈੱਕ ਕਰੋ ਬਾਈ, ਕਾਲੇ ਸ਼ੀਸ਼ੇ, ਹੈ ਨਾ ਬਾਈ? ਠੀਕ ਹੈ, ਕਾਲੇ ਸ਼ੀਸ਼ੇ ਵਾਲੀ ਕਾਰ, ਅਤੇ ਮਤਲਬ ਵੀ ਅੰਦਰ ਬੈਠੇ ਤਾਂ ਕੁਛ ਨਹੀਂ ਪਤਾ ਲੱਗਦਾ ਬਾਈ ਅੰਦਰ ਕੀ ਹੈ ਕੀ ਨਾ। ਉਹ ਬਾਈ ਇਹ ਤਾਂ ਜਿਹੜਾ ਸ਼ੌਂਕ ਹੀ ਬੰਦੇ ਨੇ ਰੱਖੀ ਹੋਈ ਸੀ, ਠੀਕ ਹੈ? ਅਤੇ ਇਹ ਚੀਜ਼ ਸੀਗੀ, ਅਤੇ ਉੱਪਰ ਦੀ ਆਹ ਹੀ, ਇੱਧਰੋਂ ਆਹ ਵਾਲੀ ਚੀਜ਼ ਬਾਈ, ਹੈ ਨਾ? ਇਹ ਬਾਈ ਨੇ ਖੁਦ ਨੇ ਪਾਇਆ ਵਾ, ਕਹਿੰਦਾ ਬਾਈ ਕੁਛ ਕਰਾਈ, ਮਹਾਂ ਬਾਈ ਪੰਜਾਬ ਦਾ ਕਰਾ ਦੇ ਸਟਿੱਕਰ ਬਾਈ। ਓਕੇ ਦੀ ਰਿਪੋਰਟ ਹੈ ਬਿਲਕੁਲ ਬਾਈ। ਹਾਂ, ਜਿਹੜੇ ਬਾਈ ਪੰਜਾਬ ਨੂੰ ਪਿਆਰ ਕਰਦੇ ਨੇ ਬਾਈ, ਲਾਈਕ ਸ਼ੇਅਰ ਕਮੈਂਟ ਕਰ ਦਿਓ ਇੱਕ ਵਾਰ ਦੱਬ ਕੇ, ਅਤੇ ਜਿਹੜੇ ਭਰਾ ਨੇ ਅਲਟੋ ਜਿੱਤਣੀ ਆ ਉਹ ਫੋਲੋ ਵੀ ਕਰ ਲਓ ਨਾਲ ਹੁੰਦੇ, ਆਪਾਂ 13 ਅਪ੍ਰੈਲ ਨੂੰ ਅਲਟੋ ਦੇਵਾਂਗੇ ਬਿਲਕੁਲ ਫ੍ਰੀ ਆਪਣੇ ਭਰਾ ਨੂੰ, ਕਿਸੇ ਨੁੱਕ ਨੂੰ, ਠੀਕ ਹੈ ਬਾਈ? ਅਤੇ ਬਾਈ ਇਹਦੇ ਲਈ ਕਹਾ, ਇਹ ਅਲਾਈ ਵੀ ਲਾਉਂਦੇ ਨੇ, ਇਹ ਕੰਪਨੀ ਵੱਲੋਂ ਆਉਂਦੇ ਨੇ ਜੀ। ਠੀਕ ਹੈ, ਇਹ ਟੌਪ ਮਾਡਲ ਕਾਰ ਆ ਬਾਈ, ਡਬਲ 1000 ਬੈਗ ਆ। ਠੀਕ ਹੈ ਵੀਰੇ, ਠੀਕ ਹੈ ਨਾ? 2000 ਬੈਗ ਨੇ ਬਾਈ, 2000 ਬੈਗ ਆ ਗਏ, ਦੋਨੇ ਚਾਬੀਆਂ ਨਾਲ ਨੇ ਜੀ। ਸਨੀ ਕਾਰ ਹੋ ਗਈ ਬਾਈ, ਇਹ ਹੋ ਗਈ, ਇਹ ਲੁੱਕ ਸੇਮ ਜੀ ਹੈ ਨਾ ਬਾਈ? ਲੁੱਕ ਸੇਮ ਜੀ, ਮਤਲਬ ਨਾਮ ਹੀ ਬਦਲੇ ਇਹਨਾਂ ਨੇ, ਬਦਲਿਆ ਹੈ ਨਾ, ਇੰਜਨ ਵੀ ਸੇਮ ਹੀ ਹੋ, ਉਹੀ ਚੀਜ਼ ਆ ਜੀ, ਸੇਮ ਜੀ, ਚੱਲਣ ਚਲਾਵਾ ਜੀ, ਬੜੀ ਨਵੀਂ ਆ ਕਾਰ ਬਾਈ। ਠੀਕ ਹੈ, ਉਹ ਚੀਜ਼ ਆਪਾਂ ਇੰਨੇ ਤੱਕ ਗਰੰਟੀ ਦੇ ਦਾਂਗੇ। ਹਾਂ, ਜੇ ਬੰਦੇ ਨੂੰ ਚਲਾਵੇ 'ਚ ਨਾ ਫਿੱਟ ਆਉਂਦੇ ਆਪਾਂ ਖਰਚਾ ਵੀ ਦੇ ਦਾਂਗੇ, ਹੋਰ ਠੀਕ ਹੈ, ਬੰਦਾ ਚਲਾਵੇ 'ਚ ਨਾ ਫਿੱਟ ਕਰਦੇ ਵੀ ਹਾਂ ਇੱਥੇ ਵਜ੍ਹਾ ਦੱਸ ਕੇ। ਹਾਂ ਬਾਈ, ਐਂ ਕਹਿ ਦਿਓ ਵੀ ਹਾਂ ਯਾਰ ਸਾਨੂੰ ਚਲਾਵੇ 'ਚ ਫਿੱਟ ਨਹੀਂ ਲੱਗੀ ਕਾਰ, ਠੀਕ ਹੈ, ਆਉਣ ਜਾਣ ਦਾ ਖਰਚਾ ਫ੍ਰੀ ਹੈ ਬਾਈ। ਅਤੇ ਬਾਈ ਇਹ ਚੀਜ਼ ਹੈਗੀ, ਇੱਥੇ ਵੀ ਲਾਈਟਾਂ ਲੱਗਦੀਆਂ ਇਹਦੇ ਵਿੱਚ, ਹੈ ਨਾ ਬਾਈ? ਹਾਂਜੀ ਹਾਂਜੀ, ਇਹਦੇ ਪਿਛਲੀ ਸੀਟ 'ਤੇ ਵੀ ਬਾਈ ਜੀ ਏਸੀ ਵਾਲਾ। ਅੱਛਾ, ਬੈਕ ਸਾਈਡ 'ਤੇ ਉੱਪਰ ਏਸੀ ਆਪਣਾ, ਠੀਕ ਹੈ ਵੀਰੇ। ਲੈ ਵੀ ਮਤਲਬ ਗਰਾਸ ਮੈਟ, ਏਸੀ ਵਗੈਰਾ ਸਾਰਾ ਕੁਛ, ਸੀਟ ਕਵਰ ਵਗੈਰਾ ਬਿਲਕੁਲ ਓਕੇ ਨੇ, ਹੈ ਨਾ ਬਾਈ? ਇੱਧਰਲਾ ਥੋੜ੍ਹਾ ਜਿਹਾ ਮਾੜਾ ਜਿਹਾ ਹੈਗਾ ਗਾ, ਹੈ ਨਾ ਬਾਈ? ਬਸ ਤੁਹਾਨੂੰ ਪਹਿਲੀ ਸਾਰਾ ਦੱਸਦੀ ਬਾਈ, ਇੱਧਰ ਆਹ ਥੋੜ੍ਹਾ ਆਹ ਆਹ ਜੀ ਫਟਿਆ ਹੋਇਆ ਬਾਈ, ਹੈ ਨਾ? ਬਾਕੀ ਓਕੇ ਹੈ, ਅਤੇ ਸਟੇਅਰਿੰਗ ਕਵਰ ਆਇਆ ਹੈ, ਨਜ਼ਾਰਾ ਸਟੇਅਰਿੰਗ ਕਵਰ ਕਹਿਣਾ ਕਹਿਣਾ ਬਾਈ, ਤਾਂ ਨਜ਼ਾਰਾ ਹੈਗਾ, ਠੀਕ ਹੈ? ਅਤੇ ਸਟੇਅਰਿੰਗ ਦੇ ਉੱਪਰ ਬਟਨ ਨੇ ਆਪਣਾ ਮਿਊਜ਼ਿਕ ਸਿਸਟਮ ਕੰਟਰੋਲ ਕਰ ਸਕਦੇ ਹਾਂ। ਅੱਛਾ ਬਾਈ, ਚੱਲ ਕਿੰਨੀ ਕੁ ਗਈ ਇਹ? ਚੱਲੀ ਇਹ ਵੀਰ ਜੀ ਮੇਰਾ ਆਈਡੀਆ 63 ਦੇ ਐਸਟੀਮੇਟ ਜੀ, 63,000 ਲੈ ਮਿੱਤਰੋ, 63,000 ਕਿਲੋਮੀਟਰ ਚੱਲੀ ਆ। ਅੱਛਾ, ਇਹਦੇ ਵਿੱਚ ਬਾਈ ਆਟੋਮੈਟਿਕ ਐਡਜਸਟੇਬਲ ਮਿਰਰ ਵੀ ਮਿਲਦੇ ਨੇ? ਹਾਂਜੀ ਹਾਂਜੀ, ਹਾਂ ਲੈ ਮਿੱਤਰੋ, ਆਟੋਮੈਟਿਕ ਐਡਜਸਟੇਬਲ ਅਤੇ ਫੋਲਡੇਬਲ ਮਿਰਰ ਮਿਲ ਰਹੇ ਨੇ ਆਪਾਂ ਨੂੰ, ਇਹ 'ਚ ਅਲਾਈ ਵੀਲ ਕੰਪਨੀ ਦੇ ਓਰੀਜਨਲ ਮਿਲਦੇ ਨਾਲ। ਬਾਈ ਇਹਨੂੰ ਸਟਾਰਟ ਕਰੀਏ ਆਪਾਂ, ਕਾਰ ਨੂੰ ਸਟਾਰਟ ਕਰ ਦਿੰਦੇ ਹਾਂ ਬਾਈ ਕਾਰ।
ਤੇ ਚਾਬੀਆਂ ਦੋਨੇ ਨਾਲ ਨੇ? ਦੋਨੇ ਚਾਬੀਆਂ ਜੀ, ਸਰਵਿਸ ਬੁੱਕ ਤੋਂ ਲਾਲ ਠੀਕ ਹੈ, ਡਾਕਟਰ ਦੀ ਕਾਰ ਸੀ, ਤੁਹਾਨੂੰ ਨਾਲ ਕਿੱਟ ਵੀ ਪੂਰੀ ਦੇਊਗਾ। ਠੀਕ ਹੈ ਬਾਈ, ਲੈ ਮਿੱਤਰ ਡਾਕਟਰ ਦੀ ਕਾਰ ਸੀ, ਓਨਰ ਫਸਟ ਹੈ? ਫਸਟ ਓਨਰ ਬਾਈ। ਪੈਟਰੋਲ ਦੀ ਇਹ ਡੀਜ਼ਲ ਬਾਈ ਜੀ, ਡੀਜ਼ਲ ਸਾਊਂਡ ਦੇਖੋ ਗੱਡੀ ਦਾ। ਮਿੱਤਰੋ ਡੀਜ਼ਲ ਦੀ ਕਾਰ ਹੈ ਬਾਈ, ਤੁਹਾਨੂੰ ਖੋਲ ਕੇ ਦਿਖਾ ਦਈਏ। ਇਹ ਖੋਲੀ ਬਾਈ, ਲੈ ਆ ਦੇਖੋ ਜੀ, ਬਾਹਰ ਬਿਲਕੁਲ ਬਾਈ ਹੈ ਨਾ, ਸਾਰੇ ਸਟਿੱਕਰ ਵਗੈਰਾ ਆ ਦੇਖੋ, ਲਾਈਟਾਂ ਦੇ, ਰੇਨੋਲਟ ਦੇ, ਉੱਧਰਲੇ ਪਾਸੇ ਸਾਰਾ, ਇਹ ਸਾਰਾ ਬਾਈ ਨਾਲ ਦੇ ਹੀ ਆ, ਚੈੱਕ ਕਰੋ। ਠੀਕ ਹੈ, ਆਪਣਾ ਕਵਰ ਵੀ ਦੇਖੋ, ਕਵਰ ਵੀ ਬਹੁਤ ਸਾਫ਼ ਸੁਥਰਾ ਪਿਆ ਹੈਗਾ, ਅਤੇ ਇਕੱਲੀ ਇਕੱਲੀ ਚੀਜ਼ ਬਾਈ ਸਾਫ਼ ਪਈ ਹੈਗੀ ਜੀ, ਕਿਸੇ ਵੱਲੋਂ ਕੋਈ ਰਸਟਿੰਗ ਵੀ ਹੈ ਨਹੀਂ ਕਰ ਉਮੀਦ, ਸੀਲ ਦੀ ਸੀਲਾ ਨਹੀਂ ਜੀ। ਠੀਕ ਹੈ, ਰੇਡੀਏਟਰ ਪੂਰਾ ਸਾਫ਼ ਪਿਆ ਬਾਈ ਗੱਡੀ ਦਾ, ਹੈ ਨਾ, ਕੋਈ ਕੰਮ ਖਰਚਾ ਵੀ ਕਰ ਬਾਈ? ਕੁਛ ਵੀ ਨਹੀਂ। ਠੀਕ ਹੈ, ਲੈ ਮਿੱਤਰੋ ਕੋਈ ਖਰਚਾ, ਇੰਸ਼ੋਰੈਂਸ ਪਿਆ ਮਾੜਾ ਮੋਟਾ? ਹਾਂਜੀ ਹੈਗਾ ਜੀ। ਠੀਕ ਹੈ, ਇੰਸ਼ੋਰੈਂਸ ਵੀ ਹੈਗਾ, ਫਸਟ ਓਨਰ ਕਾਰ ਹੈ ਡਾਕਟਰ ਦੀ। ਠੀਕ ਹੈ ਬਾਈ, ਅਤੇ ਬਾਈ ਸਰਵਿਸ ਬੁੱਕ ਵਗੈਰਾ ਦਿਖਾਈ ਦੇਈ ਆਪਾਂ ਨਾਲ, ਹੁੰਦੇ ਜਿਹੜਾ ਕੁਛ ਵੀ ਹੈਗਾ ਆਪਾਂ ਤੁਹਾਨੂੰ ਨਾਲ ਦਿਖਾ ਦਈਏ ਬਾਈ, ਇਹਦੇ ਵਿੱਚ ਆਹ ਕੁਛ ਹੈਗਾ ਗਾ। ਲਓ ਬਾਈ, ਖੋਲ ਲਿਆ ਲਫਾਫਾ ਬਾਈ ਨੇ, ਅਸੀਂ ਆਇਆ ਸੀ ਬਰਾਬਰ ਬਾਈ ਨੇ, ਅਸੀਂ ਦਿੱਤਾ ਸੀ ਡਾਕਟਰ ਨੇ। ਠੀਕ ਹੈ, ਇਹ ਬਾਈ ਘਰੋਂ ਲੈ ਕੇ ਆਇਓ ਕਾਰ? ਘਰੋਂ ਜੀ, ਫਸਟ ਪਾਰਟੀ। ਠੀਕ ਹੈ, ਲਓ ਮਿੱਤਰੋ ਘਰੇਲੂ ਕਾਰ ਹੀ ਹੈ ਬਾਈ, ਆਹ ਦੇਖੋ, ਆਹ ਵੀ ਨਾਲ ਡਾਕਟਰ ਦੇ, ਡਾਕਟਰ ਦਾ ਪ੍ਰੂਫ ਦੇ ਰਿਹਾ ਬਾਈ ਪਹਿਲਾਂ ਵੀ, ਹਾਂ ਵੀ ਡਾਕਟਰ ਦੀ ਕਾਰ ਹੈ ਅਗਲਾ। ਆਹ ਚੈੱਕ ਕਰੋ ਬਾਈ, ਹੈ ਨਾ, ਅਲਫਾਫੇ ਵਗੈਰਾ ਜਿਹੜੇ ਉਹਨਾਂ ਨੂੰ ਪੈਰਾਂ ਪੂਰਾਂ 'ਚ ਪਾਉਣ ਵਾਲੇ ਹੁੰਦੇ ਨੇ ਸਾਰੇ, ਉਹਨਾਂ ਦੇ ਲੈਬ ਲੂਬ ਦੇ, ਹੈ ਨਾ। ਅਤੇ ਬਾਈ ਆਹ ਹੋ ਗਈ ਤੁਹਾਡੀ ਸਰਵਿਸ ਬੁੱਕ ਹੋ ਗਈ, ਠੀਕ ਹੈ, ਅਤੇ ਬਾਕੀ ਇੰਸ਼ੋਰੈਂਸ ਹੈਗਾ, ਦੋਨੇ ਚਾਬੀਆਂ ਨਾਲ ਨੇ ਬਾਈ, ਰੱਖ ਦਿਓ ਬਾਈ ਇਹਨੂੰ। ਠੀਕ ਹੈ, ਅਤੇ ਬਾਈ ਬਾਕੀ ਛੱਤ ਵਗੈਰਾ ਦੇਖੋ, ਕੋਈ ਡੈਂਟ ਫੈਂਟ ਕੁਛ ਨਹੀਂ ਹੈਗਾ ਛੱਤ ਬਿਲਕੁਲ ਨਵੀਂ। ਅਤੇ ਬਾਈ ਡਿੱਗੀ ਖੋਲੀ ਇੱਕ ਵਾਰ, ਖਿੜਕੀ ਦਿਖਾਇਓ ਜੀ ਬਾਈ, ਪਹਿਲਾਂ ਵਿੰਡੋ ਦਿਖਾ ਦਈਏ ਸਾਰੀ। ਆਹ ਦੇਖੋ ਸਾਰਾ ਕੁਛ ਨਾਲ ਦਈ ਆ ਬਾਈ, ਹੈ ਨਾ, ਦੇਖੋ ਓਕੇ ਰਿਪੋਰਟ ਹੈ, ਨਵੀਂ ਦੀ ਨਵੀਂ ਬਾਈ। ਪਿੱਲਰ ਦਿਖਾ ਦਈਏ ਬਾਈ ਇੱਕ ਵਾਰ, ਹਾਂਜੀ ਲੈ, ਮਤਲਬ ਪਹਿਲੀ ਵਾਰੀ ਮੈਂ ਪੱਟਿਆ, ਤੂੰ ਹੀ ਪੱਟਿਆ ਬਾਈ ਪਹਿਲੀ ਵਾਰੀ। ਠੀਕ ਹੈ, ਲੈ ਵੀ ਆਹ ਚੈੱਕ ਕਰੋ ਬਾਈ, ਬਿਲਕੁਲ ਸਾਫ਼ ਸੁਥਰਾ। ਲੈ ਵੀ ਮਿੱਤਰੋ, ਕਈ ਜਿਹੜੇ ਮਿੱਤਰ ਹੁੰਦੇ ਨਾ, ਇਹ ਕਾਰਾਂ ਤੋਂ ਪਰਹੇਜ਼ ਕਰਦੇ ਨੇ ਵੀ ਕੋਈ ਖਰਚਾ ਪੱਠਾ ਕੁਛ ਕਿੰਨਾ, ਨਾ ਤੇਲ ਦਾ ਖਰਚਾ ਕਿੰਨਾ ਬਾਈ? ਕੁਛ ਵੀ ਨਹੀਂ, 23-24 ਦੀ ਐਵਰੇਜ ਦੇ ਰਹੀ ਆ ਬਾਈ। ਅੱਛਾ, ਦਿੱਲੀਓ ਕਿੰਨੇ ਦਾ ਤੇਲ ਪਾਇਆ ਸੀ? 1500 ਦਾ ਪਾਇਆ ਹੋਇਆ, ਹਜੇ ਵੀ ਪਿਆ ਬਾਈ, ਹਜੇ ਵੀ ਚੱਲ ਕਰ ਰਹੀ। ਹਾਂ ਠੀਕ ਹੈ, ਲੈ ਮਿੱਤਰੋ ਦਿੱਲੀਓ 1500 ਇੱਥੇ ਚਲਾਤੀ, 2-3 ਦਿਨ ਹੋ ਗਏ, 2-3 ਦਿਨ ਹੋ ਗਏ ਚਲਾਉਣ ਦੇ। ਠੀਕ ਹੈ, ਅਤੇ ਓਕੇ ਆ ਬਿਲਕੁਲ ਬਾਈ, ਤੇਲ ਪੱਖੋਂ ਕੋਈ ਖਰਚਾ ਨਹੀਂ ਬਾਈ ਇਹਦੀ। ਆਹ ਡਿੱਗੀ ਖੋਲਦੀ ਆਪਾਂ ਇੱਕ ਵਾਰ, ਡੱਗੀ ਵੀ ਇਹਦੀ ਚਾਬੀ ਨਾਲ ਹੀ ਹੈ ਜੀ। ਅੱਛਾ, ਇਹਨੂੰ ਬੰਦ ਕਰ ਦਿਓ ਗੱਡੀ ਨੂੰ, ਇਹ ਵੀ ਬਾਈ ਆਟੋਮੈਟਿਕ ਹੈ ਡਿੱਗੀ ਇਹਦੀ, ਚੱਕੋ ਜਾਂਦੀ ਉੱਪਰ ਨੂੰ, ਦੇਖੋ ਡਿੱਗੀ ਦੇਖੀ, ਬਿਲਕੁਲ ਸਾਫ਼ ਆ ਬਾਈ, ਬੜੀ ਰੀਝ ਨਾਲ ਰੱਖੀ ਹੋਈ ਆ ਬੰਦੇ ਨੇ ਜਿਹਨੇ ਵੀ ਰੱਖੀ ਹੋਈ ਆ ਕਾਰ, ਹੈ ਨਾ। ਲਓ ਬਾਈ, ਸਟੈਪਨੀ ਵਗੈਰਾ ਵਧੀਆ ਪਈ ਪੂਰੀ, ਬਿਲਕੁਲ ਸਾਫ਼ ਆ, ਕੋਈ ਜੰਗਾਲ ਗੱਪਾ ਕੁਛ ਨਹੀਂ ਜੀ ਬਾਈ। ਅਤੇ ਓਕੇ ਦੀ ਰਿਪੋਰਟ ਆ ਬਾਈ, ਹੈ ਨਾ, ਕੁਛ ਜਮਾਂ ਕੁਛ ਨਹੀਂ ਕਰਾਉਣਾ ਮੇਰੇ ਨਾਲ, ਕੁਛ ਵੀ ਨਹੀਂ, ਤੁਹਾਡੇ ਸ਼ੀਸ਼ੇ 'ਚ ਤੇੜ ਨਹੀਂ, ਕੁਛ ਨਹੀਂ, ਕੋਈ ਕੁਛ ਨਹੀਂ ਬਾਈ। ਠੀਕ ਹੈ, ਆਹ ਪਿੱਛੇ ਵੀ ਤੁਹਾਡਾ ਬਲੈਕ ਕਰਨ ਨੂੰ ਹੈਗਾ ਲੱਗਿਆ ਹੋਇਆ ਉੱਤੇ, ਵੀ ਮਤਲਬ ਵੀ ਇਹ ਅੰਦਰ ਕੋਈ ਦਿਖੇ ਨਾ ਬੈਠਾ ਹੋਵੇ, ਤਾਂ ਨਾ। ਬਾਕੀ ਬਾਈ ਹੈ ਨਾ, ਤੁਹਾਡੀ ਇੱਛਾ ਕੀ, ਲਾਉਣੀ ਆ ਲਾ ਕੇ ਰੱਖਿਓ, ਲਾਉਣੀ ਆ ਲਾ ਦਿਓ, ਇਹ ਤੁਹਾਡੀ ਘਰ ਦੀ ਕਾਰ ਹੋ ਜੂਗੀ। ਦੋਨੇ ਚਾਬੀਆਂ ਨੇ ਬਾਈ ਜੀ, ਦੋਨੇ ਚਾਬੀਆਂ ਆ ਪਈਆਂ, ਆਹ ਇੱਕ ਤਾਂ ਜਮੀ ਅਨਯੂਜ਼ ਆ ਬਾਈ, ਹੈ ਨਾ, ਆਹ ਦੇਖੋ ਬਿਲਕੁਲ ਸਾਫ਼ ਪਈ ਆ ਬਾਈ ਕਾਰ। ਅੱਛਾ ਬਾਈ, ਹੁਣ 14 ਮਾਡਲ ਦੱਸਿਆ ਤੁਹਾਨੂੰ, 15 ਮਾਡਲ, ਫਸਟ ਓਨਰ, ਇੰਸ਼ੋਰੈਂਸ ਪਿਆ ਪਿਆ ਜੀ। ਅਤੇ ਹੁਣ ਇਹਦੇ ਰੇਟ ਦੀ ਗੱਲ ਕਰੀ, ਕਿੰਨੇ ਦੀ ਕਾਰ ਦੋਗੇ? ਰੇਟ ਬਾਈ 2,35,000 ਦੀ। 2,35,000 ਡਿਮਾਂਡ ਹੈ? ਹਾਂਜੀ। ਦਊਂਗੇ ਕਿੰਨੇ ਦੀ? ਦੇਣੀ 30 ਦੀ ਹੈ ਜੀ। ਲੈ ਵੀ ਮਿੱਤਰੋ, 2,29,000 ਰੁਪਈਆ ਦੀ ਕਾਰ ਲੈ ਜਾਓ, 1,000 ਮੇਰੇ ਕਰਕੇ ਡਿਸਕਾਊਂਟ, ਹੈ ਨਾ, ਆਉਣ ਜਾਣ ਦਾ ਤੇਲ ਪਵਾ ਲਿਓ, ਕੁਛ ਪਵਾ ਲਿਓ, 2,29,000 ਰੁਪਏ 'ਚ ਕਾਰ ਮਿਲ ਜਾਣੀ ਹੈ ਤੁਹਾਨੂੰ। ਸਕਾਲਾ ਕਾਰ ਹੈ, ਬਹੁਤ ਸੋਹਣੀ ਕਾਰ ਆ ਬਾਈ, ਹੈ ਨਾ, ਅਤੇ ਬਸ ਨਾਮ ਕਰਾਓ ਅਤੇ ਕਾਰ ਚਲਾਓ, ਆਹੀ ਕੰਮ ਆ ਬਾਈ, ਆਹੀ ਕੰਮ ਆਈ ਕਹਿੰਦਾ। ਸਰਵਿਸ ਓਕੇ ਜਮਾਂ? ਸਰਵਿਸ ਵੀ ਹੋਈ ਹੈ ਜਮਾਂ ਓਕੇ, ਮੰਨ ਕਹਿ ਗਏ ਯਾਰ, ਆਪਦੇ ਐਂਡ ਤੋਂ 2-3,000 ਕਿਲੋਮੀਟਰ ਚਲਾ ਕੇ ਸਰਵਿਸ ਕਰਾ ਲਿਓ। ਠੀਕ ਹੈ, ਅਤੇ ਬਾਈ
ਬਾਕੀ ਚਲਾਵੇ ਤੁਸੀਂ ਫੇਲ ਨਹੀਂ ਕਰ ਸਕਦੇ। ਠੀਕ ਹੈ ਤੇ ਬਸ ਬਾਈ ਨੰਬਰ ਮੈਂ ਸਕਰੀਨ ਤੇ ਪਾਤਾ, ਲਹਿਰੇ ਅੱਗੇ ਆ ਜਾਓ ਜੇ ਕਿਸੇ ਭਰਾ ਨੇ ਕਾਰ ਲੈਣੀ ਆ, ਵਿਜ਼ਿਟ ਕਰ ਲਿਓ। ਮਿਲਦੇ ਹਾਂ ਬਹੁਤ ਛੇਤੀ ਨਵੀਂ ਕਾਰ ਦੇ ਨਾਲ ਬਾਈ, ਸਤਿ ਸ਼੍ਰੀ ਅਕਾਲ।